औषधि पुस्तक एक एक कदम पहला अंग एक एक कदम कोई 200 ਸਾਲ ਪਹਿਲਾਂ ਜਾਪਾਨ ਦੇ ਦੋ ਰਾਜਾਂ ਵਿੱਚ ਯੁੱਧ ਛਿੜ ਗਿਆ ਛੋਟਾ ਜੋ ਰਾਜ ਸੀ ਤੈਪੀਤ ਸੀ ਹਾਰ ਜਾਣਾ ਉਹਦਾ ਯਕੀਨੀ ਸੀ ਉਹਦੇ ਕੋਲ ਸੈਨਿਕਾਂ ਦੀ ਸੰਖਿਆ ਘੱਟ ਸੀ ਥੋੜੀ ਘੱਟ ਨਹੀਂ ਬਹੁਤ ਘੱਟ ਸੀ ਦੁਸ਼ਮਣ ਕੋਲ 10 ਸੈਨਿਕ ਸਨ ਤਾਂ ਉਸ ਕੋਲ ਇੱਕ ਸੈਨਿਕ ਸੀ ਉਸ ਰਾਜ ਦੇ ਸੈਨਾਪਤੀਆਂ ਨੇ ਯੁੱਧ 'ਚ ਜਾਣ ਤੋਂ ਨਾਂ ਕਰ ਦਿੱਤੀ। ਉਹਨਾਂ ਨੇ ਕਿਹਾ ਇਹ ਤਾਂ ਮੂਰਖਤਾ ਹੋਏਗੀ ਕਿ ਅਸੀਂ ਆਪਣੇ ਆਦਮੀਆਂ ਨੂੰ ਵਿਅਰਥੀ ਕਟਵਾਉਣ ਲੈ ਜਾਈਏ। ਹਾਰ ਤਾਂ ਯਕੀਨੀ ਹੈ ਤੇ ਹਾਰ ਨਿਸ਼ਚਿਤ ਹੈ ਤਾਂ ਅਸੀਂ ਆਪਣਾ ਮੂੰਹ ਹਾਰ ਦੀ 칼ਖ ਨਾਲ ਪੋਚਣ ਜਾਣ ਲਈ ਤਿਆਰ ਨਹੀਂ। ਅਤੇ ਆਪਣੇ ਸੈਨਿਕਾਂ ਨੂੰ ਵੀ ਵਿਅਰਥ ਵਿੱਚ ਕਟਵਾਉਣ ਲਈ ਸਾਡੀ ਮਰਜ਼ੀ ਨਹੀਂ। ਮਰਨ ਦੀ ਜਗ੍ਹਾ ਹਾਰ ਜਾਣਾ ਮੁਨਾਸਬ ਹੈ। ਮਰ ਕੇ ਵੀ ਹਾਰਨਾ ਹੈ। ਜਿੱਤ ਦੀ ਤਾਂ ਕੋਈ ਸੰਭਾਵਨਾ ਮੰਨੀ ਨਹੀਂ ਜਾ ਸਕਦੀ। ਸਮਰਾਟ ਵੀ ਕੁਝ ਨਹੀਂ ਕਹਿ ਸਕਦਾ ਸੀ। ਗੱਲ ਸੱਚ ਸੀ। ਅੰਕੜੇ ਸਹੀ ਸਨ। ਫਿਰ ਉਹਨੇ ਪਿੰਡ 'ਚ ਵਸੇ ਨੌਕਰ ਫਕੀਰ ਨੂੰ ਜਾ ਕੇ ਬੇਨਤੀ ਕੀਤੀ ਕਿ ਕੀ ਤੁਸੀਂ ਮੇਰੀ ਫੌਜ ਦੇ ਸੈਨਾਪਤੀ ਬਣ ਕੇ ਜਾ ਸਕਦੇ ਹੋ? ਇਹ ਉਹਦੇ ਸੈਨਾਪਤੀਆਂ ਦੀ ਸਮਝ ਨਹੀਂ ਆਈ ਗੱਲ। ਸੈਨਾਪਤੀ ਜਦੋਂ ਇਨਕਾਰ ਕਰਦੇ ਹੋ ਤਾਂ ਇੱਕ ਫਕੀਰ ਜਿਨੇ ਕਦੇ ਕੋਈ ਯੁੱਧ ਨਹੀਂ ਲੜਿਆ ਜਿਨੇ ਯੁੱਧ ਦੀ ਕੋਈ ਗੱਲ ਨਹੀਂ ਕੀਤੀ ਇਹ ਬਿਲਕੁਲ ਉਲਟ ਆਦਮੀ ਨੂੰ ਅੱਗੇ ਕਰਨ ਦਾ ਕੀ ਮਕਸਦ ਹੈ ਉਹ ਫਕੀਰ ਰਾਜ਼ੀ ਹੋ ਗਿਆ ਜਿੱਥੇ ਬਹੁਤੇ ਪੇਸ਼ਾਵਰ ਲੋਕ ਰਾਜ਼ੀ ਨਹੀਂ ਹੁੰਦੇ ਉਥੇ ਗੈਰ ਪੇਸ਼ਾਵਰ ਲੋਕ ਰਾਜ਼ੀ ਹੋ ਜਾਂਦੇ ਹਨ ਉਹ ਫਕੀਰ ਰਾਜ਼ੀ ਹੋ ਗਿਆ ਸਮਰਾਟ ਵੀ ਡਰਿਆ ਆਪਣੇ ਮਨ ਵਿੱਚ ਪਰ ਫਿਰ ਵੀ ਠੀਕ ਸੀ ਹਾਰ ਨਹੀਂ ਸੀ ਤੇ ਮਰ ਕੇ ਹਾਰ ਨਹੀਂ ਠੀਕ ਸੀ। ਫਕੀਰ ਦੇ ਨਾਲ ਸੈਨਿਕਾਂ ਨੂੰ ਜਾਨ ਚ ਵੀ ਬੜੀ ਘਬਰਾਹਟ ਹੋਈ। ਇਹ ਆਦਮੀ ਕੁਝ ਜਾਣਦਾ ਨਹੀਂ ਪਰ ਫਕੀਰ ਇੰਨੇ ਜੋਸ਼ ਨਾਲ ਭਰਿਆ ਸੀ ਸੈਨਿਕਾਂ ਨੂੰ ਜਾਣਾ ਪਿਆ। ਸੈਨਾਪਤੀ ਵੀ ਸੈਨਿਕਾਂ ਦੇ ਪਿੱਛੇ ਹੋ ਗਏ ਕਿ ਦੇਖੋ ਹੁੰਦਾ ਕੀ ਹੈ। ਜਿੱਥੇ ਦੁਸ਼ਮਣ ਨੇ ਡੇਰੇ ਲਾਈ ਹੋਏ ਸਨ ਉਸ ਤੋਂ ਥੋੜੀ ਦੂਰ ਉਸ ਫਕੀਰ ਨੇ ਇੱਕ ਛੋਟੇ ਜਿਹੇ ਮੰਦਰ ਚ ਸਾਰੇ ਸੈਨਿਕਾਂ ਨੂੰ ਰੋਕਿਆ। ਕਿ ਹੋਨੇ ਕਿਆ ਕਿ ਇਹ ਤੋਂ ਪਹਿਲਾਂ ਕਿ ਅਸੀਂ ਚਲੀਏ ਘਟੋ ਘਟ ਭਗਵਾਨ ਨੂੰ ਕਹਿ ਦੇਈ ਕਿ ਅਸੀਂ ਲੜਨ ਚੱਲੇ ਆਂ ਤੇ ਉਸ ਤੋਂ ਪੁੱਛ ਲਈਏ ਕਿ ਤੁਹਾਡੀ ਮਰਜ਼ੀ ਕੀ ਹੈ ਜੇਕਰ ਹਾਰਨਾ ਹੀ ਹੈ ਤਾਂ ਅਸੀਂ ਵਾਪਸ ਚਲੇ ਜਾਈਏ ਤੇ ਜੇਕਰ ਜਿਤਾਉਣਾ ਹੈ ਤਾਂ ਠੀਕ ਹੈ ਸੈਨਿਕ ਬੜੀ ਉਮੀਦ ਨਾਲ ਮੰਦਰ ਦੇ ਬਾਹਰ ਖੜੇ ਹੋ ਗਏ ਉਸ ਫਕੀਰ ਨੇ ਅੱਖਾਂ ਬੰਦ ਕਰਕੇ ਤੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਫਿਰ ਜੇਬ ਚੋਂ 1 ਰੁਪਿਆ ਕੱਢਿਆ ਤੇ ਭਗਵਾਨ ਨੂੰ ਕਿਹਾ ਕਿ ਮੈਂ ਇਸ ਰੁਪਏ ਨੂੰ ਸੁੱਟਦਾ ਜੇ ਘਰੇ ਸਿੱਧਾ ਡਿੱਗਿਆ ਤਾਂ ਅਸੀਂ ਸਮਝ ਲਵਾਂਗੇ ਕਿ ਜਿੱਤ ਸਾਡੀ ਹੋਣੀ ਹੈ ਅਤੇ ਅਸੀਂ ਵੱਧ ਜਾਵਾਂਗੇ ਅੱਗੇ ਤੇ ਜੇ ਘਰੇ ਉਲਟਾ ਡਿੱਗਿਆ ਤਾਂ ਅਸੀਂ ਮੰਨ ਲਵਾਂਗੇ ਕਿ ਅਸੀਂ ਹਾਰ ਗਏ ਵਾਪਸ ਮੁੜ ਜਾਵਾਂਗੇ ਤੇ ਰਾਜੇ ਨੂੰ ਕਿਹਾ ਦਵਾਂਗੇ ਕਿ ਵਰਤ ਮਰਨ ਦਾ ਪ੍ਰਬੰਧ ਨਾ ਕਰੋ ਹਾਰ ਨਿਸ਼ਚਿਤ ਹੈ ਭਗਵਾਨ ਦੀ ਵੀ ਮਰਜ਼ੀ ਇਹੀ ਹੈ ਸੈਨਿਕਾ ਨੇ ਧਿਆਨ ਨਾਲ ਦੇਖਿਆ ਉਹਨੇ ਰੁਪਈਆ ਸੁੱਟਿਆ ਚਮਕਦੀ ਧੁੱਪ ਚ ਰੁਪਈਆ ਚਮਕਿਆ ਤੇ ਥੱਲੇ ਡਿੱ ਗਿਆ ਉਹ ਸਿਰ ਦੇ ਬਲ ਤੇ ਗਿਆ ਸੀ ਉਹ ਸਿੱਧਾ ਡਿੱ ਗਿਆ ਸੀ ਉਹਨੇ ਸੈਨਿਕਾਂ ਨੂੰ ਕਿਹਾ ਹੁਣ ਫਿਕਰ ਛੱਡ ਦਿਓ ਹੁਣ ਖਿਆਲ ਹੀ ਛੱਡ ਦਿਓ ਹੁਣ ਤੁਹਾਨੂੰ ਇਸ ਜ਼ਮੀਨ ਤੇ ਕੋਈ ਹਰਾ ਨਹੀਂ ਸਕਦਾ ਰੁਪਈਆ ਸਿੱਧਾ ਡਿੱ ਗਿਆ ਸੀ ਭਗਵਾਨ ਨਾਲ ਸੀ ਉਹ ਸੈਨਿਕ ਜਾ ਕੇ ਜੂਝ ਗਏ 7 ਦਿਨ ਚ ਉਹਨਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਉਹ ਜਿੱਤੇ ਹੋਏ ਵਾਪਸ ਗਏ ਉਸ ਮੰਦਰ ਦੇ ਕੋਲ ਆ ਕੇ ਉਸ ਫਕੀਰ ਨੇ ਕਿਹਾ ਹੁਣ ਮੁੜ ਕੇ ਆਪਾਂ ਧੰਨਵਾਦ ਤਾਂ ਕਰਦੇ ਹੀ। ਉਹ ਸਾਰੇ ਸੈਨਿਕ ਰੁਕੇ। ਉਹਨਾਂ ਸਭ ਨੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਤੇ ਕਿਹਾ ਤੇਰਾ ਬਹੁਤ ਧੰਨਵਾਦ ਕਿ ਤੂੰ ਜੇਕਰ ਇਸ਼ਾਰਾ ਨਾ ਕਰਦਾ ਸਾਨੂੰ ਜਿੱਤਣ ਦਾ ਤਾਂ ਅਸੀਂ ਤਾਂ ਹਾਰ ਹੀ ਚੁੱਕੇ ਸੀ। ਤੇਰੀ ਕਿਰਪਾ ਤੇ ਤੇਰੇ ਇਸ਼ਾਰੇ ਤੇ ਅਸੀਂ ਜਿੱਤੇ ਹਾਂ। ਉਸ ਫਕੀਰ ਨੇ ਕਿਹਾ ਇਸ ਤੋਂ ਪਹਿਲਾਂ ਕਿ ਭਗਵਾਨ ਨੂੰ ਧੰਨਵਾਦ ਦਿਓ। ਮੇਰੀ ਜੇਬ ਚ ਜੋ ਸਿੱਕਾ ਪਿਆ ਉਹਨੂੰ ਗੌਰ ਨਾਲ ਦੇਖ ਲਓ ਉਹਨੇ ਸਿੱਕਾ ਕੱਢ ਕੇ ਦਿਖਾਇਆ ਉਹ ਸਿੱਕਾ ਦੋਵੇਂ ਪਾਸਿਓਂ ਸਿੱਧਾ ਸੀ ਉਲਟਾ ਡਿੱਗੀ ਨਹੀਂ ਸਕਦਾ ਸੀ ਉਹਨੇ ਕਿਹਾ ਭਗਵਾਨ ਦਾ ਧੰਨਵਾਦ ਨਾ ਕਰੋ ਤੁਸੀਂ ਉਮੀਦ ਨਾਲ ਭਰ ਗਏ ਜਿੱਤ ਦੀ ਇਸ ਲਈ ਜਿੱਤ ਗਏ ਤੁਸੀਂ ਹਾਰ ਵੀ ਸਕਦੇ ਸੀ ਕਿਉਂਕਿ ਤੁਸੀਂ ਨਿਰਾਸ਼ ਸੀ ਤੇ ਹਾਰਨ ਦੀ ਕਾਮਨਾ ਨਾਲ ਭਰੇ ਹੋਏ ਸੀ ਤੁਸੀਂ ਜਾਣਦੇ ਸੀ ਕਿ ਹਾਰਨਾ ਹੀ ਹੈ ਜੀਵਨ 'ਚ ਸਭ ਕੰਮਾਂ ਦੀਆਂ ਸਫਲਤਾਵਾਂ ਇੱਕ ਗੱਲ ਤੇ ਨਿਰਭਰ ਕਰਦੀਆਂ ਹਨ ਕਿ ਅਸੀਂ ਉਹਨਾਂ ਦੀ ਜਿੱਤ ਦੀ ਉਮੀਦ ਨਾਲ ਭਰੇ ਹੋਏ ਹਾਂ ਜਾਂ ਹਾਰ ਦੇ ਖਿਆਲ ਨਾਲ ਡਰੇ ਹੋਏ ਹਾਂ ਅਤੇ ਬਹੁਤੀ ਉਮੀਦ ਨਾਲ ਭਰੇ ਹੋਏ ਲੋਕ ਥੋੜੀ ਸਮਰੱਥਾ ਨਾਲ ਇੰਨਾ ਕਰ ਲੈਂਦੇ ਹਨ ਜਿੰਨਾ ਕਿ ਬਹੁਤ ਸਮਰੱਥਾ ਹੁੰਦੇ ਹੋਏ ਵੀ ਨਿਰਾਸ਼ਾ ਨਾਲ ਭਰੇ ਹੋਏ ਲੋਕ ਨਹੀਂ ਕਰ ਸਕਦੇ ਸਮਰਥਾ ਦਾ ਮੁੱਲ ਨਹੀਂ ਹੈ ਸਮਰਥਾ ਅਸਲੀ ਸੰਪਤੀ ਨਹੀਂ ਹੈ ਅਸਲੀ ਸੰਪਤੀ ਤਾਂ ਉਮੀਦ ਹੈ ਤੇ ਇਹ ਖਿਆਲ ਹੈ ਕਿ ਕੋਈ ਕੰਮ ਹੈ ਜੋ ਹੋਣਾ ਚਾਹੀਦਾ ਹੈ ਜੋ ਹੋਵੇਗਾ ਤੇ ਜਿਸ ਨੂੰ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇੱਕ ਕਰੋੜ ਦੀ ਗੱਲ ਬੜੀ ਵੱਡੀ ਲੱਗ ਸਕਦੀ ਹੈ ਇਹਨੇ ਥੋੜੇ ਜੇ ਲੋਕਾਂ ਨੂੰ ਸੀਮਤ ਸਾਧਨਾ ਵਾਲੇ ਮਿੱਤਰਾਂ ਨੂੰ ਬਹੁਤ ਵੱਡੀ ਲੱਗ ਸਕਦੀ ਹੈ ਬਹੁਤ ਵੱਡੀ ਗੱਲ ਇਸ ਲਈ ਲੱਗਦੀ ਹੈ ਕਿ 1 ਕਰੋੜ ਦੀ ਸੰਖਿਆ ਨੂੰ ਅਸੀਂ ਇੱਕਦਮ ਗਿਣਦੇ ਹਾਂ 1 ਕਰੋੜ ਸੰਖਿਆ ਬਹੁਤ ਵੱਡੀ ਹੈ ਇੱਕ ਘਟਨਾ ਮੈਨੂੰ ਯਾਦ ਆਉਂਦੀ ਹੈ ਇੱਕ ਪਿੰਡ ਦੇ ਕੋਲ ਇੱਕ ਬਹੁਤ ਸੁੰਦਰ ਪਹਾੜ ਸੀ ਉਸ ਪਹਾੜ ਦੇ ਕੋਲ ਇੱਕ ਬਹੁਤ ਸੁੰਦਰ ਮੰਦਿਰ ਸੀ ਉਹ 10 ਮੀਲ ਦੀ ਦੂਰੀ ਤੇ ਸੀ ਤੇ ਪਿੰਡ ਤੋਂ ਇਹ ਮੰਦਿਰ ਦਿਖਾਈ ਦਿੰਦਾ ਸੀ ਦੂਰ ਦੂਰ ਦੇ ਲੋਕ ਉਸ ਮੰਦਿਰ ਦੇ ਦਰਸ਼ਨ ਕਰਨ ਲਈ ਆਉਂਦੇ ਸਨ ਉਹ ਉਸ ਪਹਾੜ ਨੂੰ ਦੇਖਣ ਜਾਂਦੇ। ਉਸ ਪਿੰਡ 'ਚ ਇੱਕ ਨੌਜਵਾਨ ਸੀ ਉਹ ਵੀ ਸੋਚਦਾ ਸੀ ਕਦੀ ਮੈਂ ਵੀ ਦੇਖ ਕੇ ਆਵਾਂਗਾ। ਲੇਕਿਨ ਇੱਕ ਦਿਨ ਉਹਨੇ ਤੈਅ ਕੀਤਾ ਕਿ ਮੈਂ ਕਦੋਂ ਤੱਕ ਰੁਕਿਆ ਰਹਾਂਗਾ। ਅੱਜ ਰਾਤ ਮੈਂ ਉੱਠ ਕੇ ਚਲਾ ਜਾਣਾ ਹੈ। ਸਵੇਰੇ ਧੁੱਪ ਵੱਜ ਜਾਂਦੀ ਸੀ ਇਸ ਲਈ ਉਹ 2 ਵਜੇ ਰਾਤ ਨੂੰ ਉੱਠਿਆ। ਉਹਨੇ ਲਾਲਚਨ ਜਗਾਈ ਤੇ ਪਿੰਡੋਂ ਬਾਹਰ ਆ ਗਿਆ। ਬਹੁਤ ਹਨੇਰੀ ਰਾਤ ਸੀ। ਉਹ ਡਰ ਗਿਆ। ਉਹਨੇ ਸੋਚਿਆ ਛੋਟੀ ਜੀ ਲਾਲਚਨ 2-3 ਕਦਮ ਤੱਕ ਰੋਸ਼ਨੀ ਜਾਂਦੀ ਤੇ 10 ਮੀਲ ਦਾ فاਸਲਾ ਹੈ 10 ਮੀਲ ਦਾ ਹਨੇਰਾ ਇੰਨੀ ਛੋਟੀ ਜੀ ਲਾਲਟਣ ਨਾਲ ਕਿਵੇਂ ਕੱਟੇਗਾ ਹਨੇਰਾ ਇੰਨਾ ਵਿਸ਼ਾਲ ਹੈ ਤੇ ਇੰਨੀ ਛੋਟੀ ਜੀ ਲਾਲਟਣ ਹੈ ਮੇਰੇ ਕੋਲ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ 10 ਮੀਲ ਪਾਰ ਨਹੀਂ ਕੀਤੇ ਜਾ ਸਕਦੇ ਸੂਰਜ ਦਾ ਰਸਤਾ ਦੇਖਣਾ ਚਾਹੀਦਾ ਫਿਰ ਠੀਕ ਰਹੇਗਾ ਉੱਥੇ ਪਿੰਡ ਦੇ ਬਾਹਰ ਬੈਠ ਗਿਆ ਠੀਕ ਵੀ ਸੀ ਉਹਦਾ ਹਿਸਾਬ ਬਿਲਕੁਲ ਸਹੀ ਸੀ ਤੇ ਆਮ ਤੌਰ ਤੇ ਅਜਿਹਾ ਹੀ ਹਿਸਾਬ ਬਹੁਤੇ ਲੋਕਾਂ ਦਾ ਹੁੰਦਾ ਹੈ 3 ਫੁੱਟ ਤੱਕ ਤਾਂ ਰੋਸ਼ਨੀ ਪਹੁੰਚਦੀ ਹੈ ਤੇ 10 ਮੀਲ ਲੰਮਾ ਰਸਤਾ ਹੈ ਤਕਸੀਮ ਕਰੀਏ 10 ਮੀਲ ਵਿੱਚ 3 ਫੁੱਟ ਨੂੰ ਤਾਂ ਕੀ ਇਸ ਲਾਲਟੇ ਨਾਲ ਕੰਮ ਚੱਲਣ ਵਾਲਾ ਹੈ ਲੱਖਾਂ ਲਾਲਟਣਾਂ ਚਾਹੀਦੀਆਂ ਹਨ ਤੇ ਫਿਰ ਕਿਤੇ ਕੁਝ ਹੋ ਸਕਦਾ ਉਥੇ ਡਰਿਆ ਹੋਇਆ ਬੈਠਾ ਸੀ ਤੇ ਸਵੇਰ ਦੀ ਉਡੀਕ ਕਰਦਾ ਸੀ ਉਸੇ ਵੇਲੇ ਇੱਕ ਬੁੱਢਾ ਆਦਮੀ ਇੱਕ ਛੋਟੇ ਜਿਹੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਜਾ ਰਿਹਾ ਸੀ ਉਨੇ ਉਸ ਬੁੱਢੇ ਨੂੰ ਪੁੱਛਿਆ پاگل ਹੋ ਗਏ ਹੈ ਕੁਝ ਹਿਸਾਬ ਦਾ ਪਤਾ ਹੈ 10 ਮੀਲ ਦਾ ਲੰਬਾ ਰਸਤਾ ਹੈ ਤੇਰੇ ਦੀਵੇ ਤੋਂ ਤਾਂ ਇੱਕ ਕਦਮ ਵੀ ਰੋਸ਼ਨੀ ਨਹੀਂ ਪੈਂਦੀ ਉਸ ਬੁੱਢੇ ਨੇ ਕਿਹਾ پاگل ਇੱਕ ਕਦਮ ਤੋਂ ਵੱਧ ਕਦੇ ਕੋਈ ਚੱਲ ਸਕਿਆ ਇੱਕ ਕਦਮ ਤੋਂ ਵੱਧ ਮੈਂ ਚੱਲ ਵੀ ਨਹੀਂ ਸਕਦਾ ਰੋਸ਼ਨੀ ਚਾਹੀ ਹਜ਼ਾਰ ਮੀਲ ਵੀ ਪੈਂਦੀ ਰਹੇ ਤੇ ਜਦੋਂ ਤੱਕ ਮੈਂ ਇੱਕ ਕਦਮ ਚੱਲਦਾ ਉਦੋਂ ਤੱਕ ਰੋਸ਼ਨੀ ਇੱਕ ਕਦਮ ਅੱਗੇ ਵੱਧ ਜਾਂਦੀ ਹੈ 10 ਮੀਲ ਕੀ ਹੈ ਮੈਂ 10000 ਮੀਲ ਪਾਰ ਕਰ ਲਵਾਂਗਾ ਉੱਠ ਆ ਤੂੰ ਕਿਉਂ ਬੈਠਾ ਹੈ ਤੇਰੇ ਕੋਲ ਤਾਂ ਚੰਗੀ ਲਲਟ ਹੈ ਨਾ ਇੱਕ ਕਦਮ ਤੂੰ ਅੱਗੇ ਚੱਲੇਗਾ ਰੌਸ਼ਨੀ ਓਨੀ ਅੱਗੇ ਵੱਜ ਜਾਏਗੀ ਜ਼ਿੰਦਗੀ 'ਚ ਜੇਕਰ ਕੋਈ ਪੂਰਾ ਹਿਸਾਬ ਪਹਿਲਾਂ ਹੀ ਲਗਾ ਲਵੇ ਤਾਂ ਉੱਥੇ ਹੀ ਬੈਠ ਜਾਏਗਾ ਉੱਥੇ ਡਰ ਜਾਏਗਾ ਤੇ ਖਤਮ ਹੋ ਜਾਏਗਾ ਜ਼ਿੰਦਗੀ 'ਚ ਇੱਕ ਇੱਕ ਕਦਮ ਦਾ ਹਿਸਾਬ ਲਾਉਣ ਵਾਲੇ ਲੋਕ ਹਜ਼ਾਰਾਂ ਮੀਲ ਚੱਲ ਜਾਂਦੇ ਹਨ ਤੇ ਹਜ਼ਾਰਾਂ ਮਿਲਾਂ ਦਾ ਹਿਸਾਬ ਲਾਉਣ ਵਾਲੇ ਲੋਕ ਇੱਕ ਕਦਮ ਵੀ ਨਹੀਂ ਉਠਾਉਂਦੇ ਡਰ ਦੇ ਮਾਰੇ ਉੱਥੇ ਬੈਠੇ ਰਹਿ ਜਾਂਦੇ ਹਨ ਮੈਂ ਤੁਹਾਨੂੰ ਕਹਾਂਗਾ ਇਹਦੀ ਫਿਕਰ ਨਾ ਕਰੋ ਹਿਸਾਬ ਬਹੁਤ ਲੰਮਾ ਹੈ ਚਿੰਤਾ ਦੀ ਗੱਲ ਨਹੀਂ ਹੈ ਤੁਸੀਂ ਇਹ ਤਾਂ ਸੋਚੋ ਹੀ ਨਾ ਕਿ 1 ਕਰੋੜ ਤਾਂ ਬਹੁਤ ਹੁੰਦੇ ਹਨ ਤੇ ਵੀ ਨਾ ਸੋਚੋ ਜਿਸ ਤਰ੍ਹਾਂ ਦੁਰਲਭ ਜੀ ਭਾਈ ਨੇ ਕਿਹਾ ਕਿ ਇੱਕ ਇੱਕ ਲੱਖ ਰੁਪਇਆ 100 ਲੋਕ ਦੇ ਦੇਣ 1-1 ਲੱਖ ਰੁਪਇਆ ਦੇਣ ਵਾਲੇ 100 ਲੋਕ ਨਹੀਂ ਲੱਭੇ ਜਾ ਸਕਦੇ ਲੇਕਿਨ 1-1 ਰੁਪਇਆ ਦੇਣ ਵਾਲੇ 1 ਕਰੋੜ ਲੋਕ ਅੱਜ ਹੀ ਲੱਭੇ ਜਾ ਸਕਦੇ ਇੱਕ-ਇੱਕ ਲੱਖ ਦੀ ਗੱਲ ਹੀ ਨਾ ਸੋਚੋ ਇੱਕ-ਇੱਕ ਰੁਪਏ ਦੀ ਗੱਲ ਸੋਚੋ ਇੱਕ-ਇੱਕ ਕਦਮ ਦੀ ਗੱਲ ਸੋਚੋ 10 ਮੀਲ ਦੀ ਗੱਲ ਕਿਉਂ ਸੋਚੀਏ ਇਸ ਵਿੱਚ ਤਾਂ ਚਿੰਤਾ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ 1-1 ਰੁਪਇਆ ਦੇਣ ਵਾਲੇ 1 ਕਰੋੜ ਤੱਕ ਲੱਭ ਲੈਣਾ ਇਹਨਾਂ ਸੌਖਾ ਹੈ ਇੰਨਾ ਸੌਖਾ ਹੈ ਕਿ ਤੁਹਾਡੇ ਤੋਂ ਨਾ ਹੋ ਸਕੇ ਤਾਂ ਮੈਨੂੰ ਕਹਿ ਦੇਣਾ ਉਹ ਵੀ ਮੈਂ ਕਰ ਦੇਵਾਂਗਾ ਉਸ 'ਚ ਕੋਈ ਬਹੁਤ ਚਿੰਤਾ ਦੀ ਗੱਲ ਨਹੀਂ ਹੈ ਉਸ 'ਚ ਬਹੁਤ ਘਬਰਾਉਣ ਦੀ ਗੱਲ ਨਹੀਂ ਹੈ ਇੱਕ ਇੱਕ ਲੱਖ ਰੁਪਏ ਦਾ ਤਾਂ ਮੈਂ ਵਾਅਦਾ ਨਹੀਂ ਕਰ ਸਕਦਾ ਇੱਕ ਇੱਕ ਰੁਪਏ ਵਾਲਿਆਂ ਦਾ ਵਾਅਦਾ ਕਰ ਸਕਦਾ ਇਸ 'ਚ ਕੀ ਮੁਸ਼ਕਿਲ ਹੈ ਇਸ ਲਈ ਬਹੁਤਾ ਇਸ ਵਿਚਾਰ 'ਚ ਨਾ ਪਾਓ ਕਿ ਇੰਨਾ ਕਿਵੇਂ ਹੋਏਗਾ ਇੰਨਾ ਤਾਂ ਕੋਈ ਮੁਸ਼ਕਿਲ ਨਹੀਂ ਹੈ ਤੇਸ ਮੁਲਕ ਵਿੱਚ ਜਿੱਥੇ ਕਿ ਭਿਖਾਰੀਆਂ ਦਾ ਬੜਾ ਰਿਵਾਜ ਹੈ ਅਤੇ ਤੁਸੀਂ ਨਾ ਕਰ ਸਕੇ ਤਾਂ ਮੈਂ ਭਿਖਾਰੀ ਬਣ ਸਕਦਾ ਇਸ 'ਚ ਕੋਈ ਮੁਸ਼ਕਿਲ ਨਹੀਂ ਹੈ ਇੱਥੇ ਮਹਾਵੀਰ ਭਿਖਾਰੀ ਹੈ ਇੱਥੇ ਬੁੱਧ ਭਿਖਾਰੀ ਹੈ ਤੇ ਗਾਂਧੀ ਭਿਖਾਰੀ ਹੈ ਇੱਥੇ ਕੋਈ ਤਕਲੀਫ ਨਹੀਂ ਹੈ ਭਿਖਾਰੀ ਹੋਣ ਵਿੱਚ ਇੱਥੇ ਤਾਂ ਰਾਜਾ ਹੋਣ 'ਚ ਬੜੀ ਤਕਲੀਫ ਹੈ ਇੱਥੇ ਰਾਜਾ ਹੋਣਾ ਬਹੁਤ ਨਿੰਦਾ ਯੋਗ ਹੈ ਬਹੁਤ ਬੁਰਾ ਹੈ ਇੱਥੇ ਭਿਖਾਰੀ ਹੋਣਾ ਤਾਂ ਇਨੀ ਵੱਡੀ ਆਦਰ ਦੀ ਗੱਲ ਹੈ ਕਿ ਜਿਹਦਾ ਕੋਈ ਹਿਸਾਬ ਨਹੀਂ ਗਾਂਧੀ ਦੇਰਾਧੂੰਚ ਸਨ ਇੱਕ ਵਾਰੀ ਰਾਤ ਨੂੰ ਜਦੋਂ ਸਵੇਰ ਖਤਮ ਹੋਈ ਤਾਂ ਉਹਨਾਂ ਨੇ ਕਿਹਾ ਕੋਈ ਵੀ ਆਦਮੀ ਬਿਨਾਂ ਦਿੱਤੇ ਨਹੀਂ ਜਾਏਗਾ ਕੁਝ ਨਾ ਕੁਝ ਦੇ ਕੇ ਜਾਏਗਾ ਤੇ ਉਹ ਦੋਵੇਂ ਹੱਥ ਲੈ ਕੇ ਭੀੜ 'ਚ ਉਤਰ ਗਏ ਤੇ ਕਿਹਾ ਕੋਈ ਵੀ ਜਿਹਦੇ ਸਾਹਮਣੇ ਮੇਰਾ ਹੱਥ ਜਾਂਦਾ ਹੈ ਉਹ ਕੁਝ ਨਾ ਕੁਝ ਦੇਵੇ ਤਾਂ ਜਿਸ ਤੋਂ ਜੋ ਹੋ ਸਕਿਆ ਦੇ ਕੋਲ ਜੋ ਸੀ ਦਿੱਤਾ ਹੱਥ ਭਰ ਗਿਆ ਗਾਂਧੀ ਉਹਨੂੰ ਉੱਥੀ ਜ਼ਮੀਨ ਤੇ ਸੁੱਟ ਦਿੰਦੇ ਤੇ ਫਿਰ ਹੱਥ ਖਾਲੀ ਕਰ ਲੈਂਦੇ ਉਹ ਕਹਿ ਦਿੰਦੇ ਮੇਰੀ ਸੰਪਤੀ ਜੋ ਪਈ ਹੈ ਲੋਕ ਖਿਆਲ ਰੱਖਣ ਕਿਤੇ ਇੱਧਰ ਉੱਧਰ ਗੜਬੜ ਨਾ ਹੋ ਜਾਏ ਉਸ ਭੀੜ 'ਚ 500 ਵਾਰੀ ਹੱਥ ਭਰਿਆ ਤੇ ਉਹਨੂੰ ਉਹਨਾਂ ਨੇ ਜ਼ਮੀਨ ਤੇ ਸੁੱਟ ਦਿੱਤਾ ਫਿਰ ਉਹ ਤਾਂ ਸੁੱਟ ਕੇ ਚਲੇ ਗਏ ਤੇ ਵਰਕਰਾਂ ਨੂੰ ਕਹਿ ਗਏ ਕਿ ਜ਼ਮੀਨ ਤੋਂ ਇਕੱਠੇ ਕਰ ਲੈਣ ਮਹਾਵੀਰਤੀ ਆਗੀ ਉਹਨਾਂ ਵਰਕਰਾਂ ਵਿੱਚੋਂ ਇੱਕ ਸਨ ਉਹ ਇਕੱਠੇ-ਕੁੱਠੇ ਕਰ ਲਿਆ ਏ ਬਹੁਤ ਸਾਰੇ ਰੁਪਏ ਸਨ ਬਹੁਤ ਸਾਰੇ ਗਹਿਣੇ ਸਨ ਰਾਤ ਦਾ 1:00 ਵੱਜ ਗਿਆ ਸੀ ਉਹ ਸਭ ਇਕੱਠਾ ਕਰਨ ਚ ਲੋਕਾਂ ਦੇ ਪੈਰਾਂ 'ਚ ਦਰਉਦਰ ਹੋ ਗਿਆ ਉਹ ਸਭ ਜ਼ਮੀਨ ਤੇ ਸੁੱਟ ਗਏ ਸਨ ਉਹਨਾਂ ਨੂੰ ਰਾਤ ਨੂੰ ਸਾਰਾ ਹਿਸਾਬ ਹੋਇਆ ਉੱਥੇ ਪਹੁੰਚੇ ਤਾਂ ਦੇਖਿਆ ਗਾਂਧੀ ਜਾਗ ਰਹੇ ਹਨ ਉਹਨਾਂ ਨੇ ਕਿਹਾ ਸਾਰਾ ਹਿਸਾਬ ਲੈ ਆਏ ਆ ਇਹਨੇ ਹਜ਼ਾਰ ਰੁਪਏ ਹੋਏ ਸਨ ਇਹ 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 ਨਾ ਹੋਇਆ ਇੱਕ ਔਰਤ ਦੇ ਕੰਨ ਦਾ ਇੱਕ ਹੀ ਬੁੰਦਾ ਸੀ ਗਾਂਧੀ ਨੇ ਕਿਹਾ ਦੂਸਰਾ ਕਿੱਥੇ ਹੈ ਕੋਈ ਔਰਤ ਮੈਨੂੰ ਇੱਕ ਬੁੰਦਾ ਦੇਵੇਗੀ ਇਹ ਤੁਸੀਂ ਸੋਚ ਸਕਦੇ ਹੋ ਤੁਸੀਂ ਵਾਪਸ ਜਾਓ ਇੱਕ ਬੁੰਦਾ ਹੋਰ ਹੋਣਾ ਚਾਹੀਦਾ ਕਿਉਂਕਿ ਮੈਂ ਮੰਗਣ ਖੜਾ ਹੋ ਜਾਵਾਂ ਤਾਂ ਕੋਈ ਔਰਤ ਅਜਿਹੀ ਹੋ ਸਕਦੀ ਹੈ ਕਿ ਉਹ ਇੱਕ ਕੰਨ ਦਾ ਬੁੰਦਾ ਦੇ ਦੇ ਤੇ ਇੱਕ ਘਰ ਲੈ ਜਾਏ ਇਹ ਸੰਭਵ ਨਹੀਂ ਹੈ ਇਸ ਚ ਗਲਤੀ ਤੁਹਾਡੀ ਹੋਏਗੀ ਤੁਸੀਂ ਜਾਓ ਦੂਸਰਾ ਬੰਦਾ ਬੁੰਦਾ ਉੱਥੇ ਹੋਣਾ ਚਾਹੀਦਾ। ਮਹਾਵੀਰ ਤਿਆਗੀ ਨੇ ਪਿੱਛੋਂ ਕਿਹਾ ਅਸੀਂ ਇੰਨੇ ਘਬਰਾਏ ਕਿ ਬੁੱਢਾ ਆਦਮੀ ਐ ਕਿਹੋ ਜਿਹਾ ਇੱਕ ਤਾਂ ਉੱਥੇ ਸੁੱਟ ਦਿੱਤਾ। ਇਹ ਸਭ ਗੜਬੜ ਕੀਤੀ ਤੇ ਅਸੀਂ ਇੰਨੀ ਰਾਤ ਗਏ ਇਕੱਠਾ ਕਰਕੇ ਲਿਆਏ ਆ ਹਨੇਰੇ 'ਚ ਤੇ ਕਹਿੰਦਾ ਕਿ ਇੱਕ ਬੁੰਦਾ ਇਸ ਚ ਘਟ ਹੈ। ਵਾਪਸ ਗਏ ਉੱਥੇ ਉਹ ਹੈਰਾਨ ਹੋਏ ਇੱਕ ਬੁੰਦਾ ਹੀ ਨਹੀਂ ਸਗੋਂ ਹੋਰ ਕੁਝ ਗੈਣੇ ਵੀ ਮਿਲੇ। ਉਹ ਬੁੰਦਾ ਮਿਲ ਗਿਆ। ਗਾਂਧੀ ਨੇ ਕਿਹਾ ਮੈਂ ਮੰਨ ਨਹੀਂ ਸਕਦਾ ਸੀ। ਕਿ ਇਸ ਮੁਲਕ ਚ ਮੈਂ ਮੰਗਣ ਜਾਵਾਂ ਤਾਂ ਇੱਕ ਬੰਦਾ ਕੋਈ ਦੇਵੇ ਤੇ ਇੱਕ ਕਮੀ ਸੀ ਇਹ ਤੁਸੀਂ ਹੋਰ ਵੀ ਲੈ ਆਏ ਕੱਲ ਸਵੇਰੇ ਹੋਰ ਦੇਖ ਲੈਣਾ ਗੌਰ ਨਾਲ ਉੱਥੇ ਕੁਝ ਹੋਰ ਵੀ ਤਾਂ ਜਿਸ ਮੁਲਕ ਚ ਮੰਗਣ ਵਾਲਿਆਂ ਦੀ ਬਹੁਤ ਵੱਡੀ ਪਰੰਪਰਾ ਹੋਵੇ ਤੇ ਇਸ ਮੁਲਕ ਦਾ ਬੜਾ ਆਨੰਦ ਹੈ ਓਏ ਕਿ ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਛੋਟਾ ਨਹੀਂ ਹੁੰਦਾ ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਵੱਡਾ ਹੀ ਰਹਿੰਦਾ ਤੇ ਧੰਨਵਾਦ ਮੰਗਣ ਵਾਲਾ ਨਹੀਂ ਕਰਦਾ ਤੁਸੀਂ ਮੈਨੂੰ ਇਹਨਾਂ ਦਿੱਤਾ ਮੈਂ ਧੰਨਵਾਦ ਕਰਾਂ ਧੰਨਵਾਦ ਵੀ ਦੇਣ ਵਾਲਾ ਹੀ ਕਰਦਾ ਕਿ ਮੈਂ ਧੰਨਵਾਦ ਕਰਦਾ ਕਿ ਤੁਸੀਂ ਲੈ ਲਿਆ ਨਾ ਲੈਂਦੇ ਤਾਂ ਮੈਂ ਕੀ ਕਰਦਾ ਮੈਂ ਜੈਪੁਰ ਚ ਸੀ ਰਾਤ ਨੂੰ ਗੱਲ ਕਰ ਰਿਹਾ ਸੀ ਇੱਕ ਬੁੱਢੇ ਆਦਮੀ ਨੇ ਆ ਕੇ ਬਹੁਤ ਸਾਰੇ ਬੰਡਲ ਰੱਖੇ ਨੋਟਾਂ ਦੇ ਮੈਨੂੰ ਨਮਸਕਾਰ ਕੀਤਾ ਮੈਂ ਕਿਹਾ ਨਮਸਕਾਰ ਮੈਂ ਲੈ ਲੈਣਾ ਰੁਪਈਆਂ ਦੀ ਅਜੇ ਜ਼ਰੂਰਤ ਨਹੀਂ ਹੈ ਕਦੀ ਜ਼ਰੂਰਤ ਹੋਈ ਤਾਂ ਮੈਂ ਮੰਗਣ ਨਿਕਲਾਂਗਾ ਤੇ ਤੁਹਾਡੇ ਕੋਲੋਂ ਮੰਗ ਲਵਾਂਗਾ ਰੁਪਏ ਤੁਸੀਂ ਰੱਖ ਲਓ ਅਜੇ ਤਾਂ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਮੈਂ ਤਾਂ ਐਵੇਂ ਹੀ ਕਹਿ ਦਿੱਤਾ ਪਰ ਦੇਖਿਆ ਤਾਂ ਉਹਦੀਆਂ ਅੱਖਾਂ 'ਚ ਹੰਝੂ ਆ ਗਏ ਉਹ 70 ਸਾਲ ਦੇ ਬੁੱਢੇ ਆਦਮੀ ਹਨ ਉਹਨਾਂ ਨੇ ਕਿਹਾ ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਜ਼ਰੂਰਤ ਹੈ ਇਸ ਲਈ ਮੈਂ ਦਿੱਤਾ ਕਦੋਂ ਹੈ ਮੇਰੇ ਕੋਲ ਹਨ ਹੁਣ ਮੈਂ ਇਹਦਾ ਕੀ ਕਰਾਂ ਚੰਗੇ ਆਦਮੀਆਂ ਨੂੰ ਦੇ ਦੇਣਾ ਕਿ ਇਸ ਦਾ ਕੁਝ ਹੋ ਜਾਏਗਾ ਮੈਂ ਤਾਂ ਇਹਦਾ ਕੁਝ ਕਰ ਨਹੀਂ ਸਕਦਾ ਤੁਹਾਨੂੰ ਜ਼ਰੂਰਤ ਹੈ ਇਸ ਲਈ ਮੈਂ ਦਿੱਤਾ ਹੀ ਨਹੀਂ ਇਸ ਲਈ ਤੁਹਾਡੀ ਜ਼ਰੂਰਤ ਦਾ ਸਵਾਲ ਨਹੀਂ ਹੈ ਮੇਰੇ ਕੋਲ ਹਨ ਮੈਂ ਕੀ ਕਰਾਂ ਮੈਨੂੰ ਦੇਣਾ ਜ਼ਰੂਰੀ ਹੈ ਤੇ ਮੈਂ ਚੰਗੇ ਆਦਮੀਆਂ ਨੂੰ ਦੇ ਦਿੰਨਾ ਕਿ ਇਹਦਾ ਕੁਝ ਚੰਗਾ ਹੋ ਜਾਏਗਾ ਤੇ ਫਿਰ ਉਸ ਬੁੱਢੇ ਆਦਮੀ ਨੇ ਕਿਹਾ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਨਾ ਕਰਕੇ ਮੈਨੂੰ ਕਿੰਨਾ ਦੁੱਖ ਪਹੁੰਚਾ ਰਹੇ ਹੋ ਮੈਂ ਇੰਨਾ ਗਰੀਬ ਆਦਮੀ ਆ ਕਿ ਮੇਰੇ ਕੋਲ ਸਿਵਾਏ ਰੁਪਏ ਦੇ ਹੋਰ ਕੁਝ ਹੈ ਹੀ ਨਹੀਂ। ਤਾਂ ਜਦੋਂ ਕੋਈ ਰੁਪਈਆ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਮੈਨੂੰ ਮੁਸ਼ਕਲ ਹੋ ਜਾਂਦੀ ਹੈ ਕਿ ਮੈਂ ਕੀ ਕਰਾਂ। ਮੇਰੇ 'ਚ ਕੁਝ ਕਰਨ ਦਾ ਖਿਆਲ ਆਉਂਦਾ ਤਾਂ ਬਗੈਰ ਰੁਪਏ ਦੇ ਮੇਰੇ ਕੋਲ ਕੁਝ ਵੀ ਨਹੀਂ ਹੈ। ਤਾਂ ਤੁਸੀਂ ਇਹਨੂੰ ਇਨਕਾਰ ਨਾ ਕਰੋ। ਤੁਸੀਂ ਇਹਨੂੰ ਸੁੱਟ ਦਿਓ, ਅੱਗ ਲਗਾ ਦਿਓ। ਪਰ ਇਨਕਾਰ ਤੁਹਾਨੂੰ ਨਹੀਂ ਕਰਨ ਦੇਵਾਂਗਾ ਕਿਉਂਕਿ ਫੇਰ ਮੇਰੇ ਕੋਲ ਦੇਣ ਨੂੰ ਕੁਝ ਹੋਰ ਹੈ ਹੀ ਨਹੀਂ। ਤੇ ਦੇਣ ਦਾ ਮੇਰੇ ਮਨ 'ਚ ਖਿਆਲ ਆ ਗਿਆ ਹੈ ਤੁਸੀਂ ਕਿਰਪਾ ਕਰੋ ਤੇ ਇਹਨੂੰ ਲੈ ਲਵੋ ਇਸ ਲਈ ਪੈਸੇ ਦੇ ਲਈ ਤਾਂ ਤੁਸੀਂ ਬਹੁਤੀ ਚਿੰਤਾ ਨਾ ਕਰੋ ਤੇ ਜਿਸ ਦਿਨ ਵੀ ਲੱਗੇ ਕਿ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤੁਹਾਡੇ ਕੋਲੋਂ ਨਹੀਂ ਹੁੰਦਾ ਤੁਸੀਂ ਸਿਰਫ ਮੈਨੂੰ ਕਹਿ ਦਿਓ ਪੈਸਾ ਹੋ ਜਾਏਗਾ ਪੈਸੇ ਦੀ ਬਹੁਤੀ ਚਿੰਤਾ ਨਹੀਂ ਹੈ ਉਹ ਮੈਂ ਨਹੀਂ ਮੰਗਦਾ ਹਾਂ ਇਹ ਗੱਲ ਦੂਸਰੀ ਹੈ ਲੇਕਿਨ ਜਿਸ ਦਿਨ ਮੰਗਾ ਤਾਂ ਪੈਸਾ ਕੈਸੀ ਵਰਗੀ ਸਸਤੀ ਚੀਜ਼ ਹੋਰ ਦੁਨੀਆ 'ਚ ਕੁਝ ਵੀ ਨਹੀਂ ਹੈ ਕੋਈ ਵੀ ਦੇ ਦੇਗਾ ਪੈਸਾ ਦੇਣ ਚ ਕੋਈ ਵੀ ਆਦਮੀ ਇੰਨਾ ਕਮਜ਼ੋਰ ਨਹੀਂ ਹੈ ਕਿ ਪੈਸਾ ਨਾ ਦੇਵੇ ਆਦਮੀ ਤਾਂ ਦਿਲ ਦੇ ਦਿੰਦਾ ਹੈ ਪ੍ਰਾਣ ਦੇ ਦਿੰਦਾ ਹੈ ਪੈਸੇ ਵਿੱਚ ਤਾਂ ਕੁਝ ਵੀ ਨਹੀਂ ਹੈ ਇਸ ਲਈ ਉਹਦੀ ਬਹੁਤੀ ਚਿੰਤਾ ਦੀ ਗੱਲ ਨਹੀਂ ਹੈ ਤੇ ਹਿੰਮਤ ਨਾਲ ਕੰਮ 'ਚ ਲੱਗ ਜਾਓ ਤਾਂ ਤੁਸੀਂ ਦੇਖੋਗੇ ਉਹ ਕੰਮ ਆਪਣੇ ਆਪ ਹੁੰਦਾ ਚੱਲਿਆ ਆਉਂਦਾ ਹੈ ਉਹ ਆਪਣੇ ਆਪ ਹੁੰਦਾ ਚੱਲਿਆ ਆਉਂਦਾ ਹੈ ਹੁਣ ਮੈਨੂੰ ਜਗ੍ਹਾ-ਜਗ੍ਹਾ ਲੋਕ ਪਤਾ ਨਹੀਂ ਕਿੰਨੇ ਲੋਕ ਆ ਕੇ ਕਹਿੰਦੇ ਐ ਕਿ ਅਸੀਂ 10000 ਰੁਪਏ ਲਗਾਉਣੇ ਹਨ ਮੈਂ ਉਹਨਾਂ ਨੂੰ ਕੀ ਕਹਾ ਕਿੱਥੇ ਲਗਾਉਣ ਮੇਰੇ ਕੋਲ ਤਾਂ ਕੋਈ ਜ਼ਰੂਰਤ ਹੈ ਨਹੀਂ ਹੁਣ ਮੈਂ ਕਿੱਥੇ ਲੈ ਜਾਵਾਂ ਇਹਨਾਂ ਰੁਪਈਆਂ ਦਾ ਮੈਂ ਕੀ ਕਰਾਂਗਾ ਕਹਿੰਦੇ ਹਨ ਕਿ ਕਦੀ ਜ਼ਰੂਰਤ ਹੋਵੇ ਤਾਂ ਕੋਈ ਕੰਮ ਹੋਵੇ ਤਾਂ ਲੋਕ ਤੁਸੀਂ ਸੋਚਦੇ ਹੋਗੇ ਕਿ ਇਸ ਲਈ ਨਹੀਂ ਦਿੰਦੇ ਕਿ ਦੇਣਾ ਨਹੀਂ ਚਾਹੁੰਦੇ ਤੁਸੀਂ ਹੈਰਾਨ ਹੋਗੇ ਮੇਰਾ ਅਨੁਭਵ ਇਹ ਹੈ ਕਿ ਲੋਕ ਸੰਕੋਚ ਵਿੱਚ ਹੁੰਦੇ ਹਨ ਕਿ ਅਸੀਂ ਕਿਵੇਂ ਕਹੀਏ ਕਿ ਪੈਸਾ ਕਿ ਪੈਸੇ ਦੇਈਏ ਮੇਰਾ ਆਪਣਾ ਅਨੁਭਵ ਹੀ ਹੈ ਕਿ ਲੋਕ ਸੰਕੋਚ ਹੁੰਦੇ ਹਨ ਕਿ ਕਿਸ ਤਰ੍ਹਾਂ ਕਹੀਏ ਕਿਸ ਮੂੰਹ ਨਾਲ ਕਹੀਏ ਪੈਸੇ ਵਰਗੀ ਸੜੀ ਚੀਜ਼ ਨੂੰ ਦੇਣ ਲਈ ਕਿਸ ਮੂੰਹ ਨਾਲ ਕਹੀਏ ਕਿ ਅਸੀਂ ਪੈਸਾ ਦੇਣਾ ਚਾਹੁੰਦੇ ਹਾਂ ਜਿਸ ਦਿਨ ਉਹਨਾਂ ਨੂੰ ਪਤਾ ਲੱਗ ਜਾਏ ਕਿ ਜ਼ਰੂਰਤ ਹੈ ਤਾਂ ਪੈਸਾ ਤੁਰਿਆ ਹੁੰਦਾ ਹੈ ਉਹਦੀ ਕੋਈ ਮੁਸ਼ਕਿਲ ਨਹੀਂ ਹੈ ਉਹਦੀ ਜ਼ਰਾ ਜਿੰਨੀ ਵੀ ਚਿੰਤਾ ਦੀ ਗੱਲ ਨਹੀਂ ਹੈ ਉਸ ਤੋਂ ਜ਼ਿਆਦਾ ਵਿਅਰਥ ਤਾਂ ਕੋਈ ਚਿੰਤਾ ਨਹੀਂ ਹੈ ਜੇਕਰ ਉਹਦੇ ਲਈ ਬਹੁਤੀ ਚਿੰਤਾ ਕਰਦੇ ਹੋ ਲੇਕਿਨ ਚਿੰਤਾ ਇਸ ਲਈ ਪੈਦਾ ਹੁੰਦੀ ਹੈ ਕਿ ਤੁਸੀਂ ਲੱਖ ਲੱਖ ਦਾ ਹਿਸਾਬ ਲਗਾਉਂਦੇ ਹੋ ਜਿਸ ਆਦਮੀ ਦੇ ਕੋਲ ਲੱਖ ਰੁਪਏ ਹੁੰਦਾ ਹੈ ਉਸ ਆਦਮੀ ਦੀ ਓਨੀ ਹੀ ਪੈਸਾ ਛੱਡਣ ਦੀ ਤਾਕਤ ਘੱਟ ਹੋ ਜਾਂਦੀ ਹੈ ਜਿਸ ਦੇ ਕੋਲ 1 ਰੁਪਇਆ ਹੁੰਦਾ ਹੈ ਉਹਦੀ ਤਾਕਤ ਛੱਡਣ ਦੀ ਬਹੁਤੀ ਹੁੰਦੀ ਹੈ ਇੱਕ ਫਕੀਰ ਸੀ ਮੁਸਲਮਾਨ ਫਕੀਰ ਹਸਨ ਉਹ ਇੱਕ ਛੋਟੀ ਜਿਹੀ ਚੌਂਪੜੀ 'ਚ ਰਹਿੰਦਾ ਸੀ ਉਸ ਚੌਂਪੜੀ 'ਚ ਇੰਨੀ ਥੋੜੀ ਜਗ੍ਹਾ ਸੀ ਕਿ ਹਸਨ ਤੇ ਉਹਦੀ ਪਤਨੀ ਬਸ ਦੋ ਹੀ ਸੌ ਸਕਦੇ ਸਨ ਉਹ ਰਾਤ ਨੂੰ ਸੁੱਤੇ ਹੋਏ ਸੀ ਬਾਰਿਸ਼ ਦੀ ਰਾਤ ਸੀ ਹਨੇਰੀ ਰਾਤ ਸੀ ਕਿਸੇ ਆਦਮੀ ਨੇ ਆ ਕੇ ਦਰਵਾਜ਼ਾ ਖੜਕਾਇਆ ਤਾਂ ਹਸਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਦਰਵਾਜ਼ਾ ਖੋਲ ਇਸ ਤਰ੍ਹਾਂ ਲੱਗਦਾ ਕੋਈ ਭਟਕ ਗਿਆ ਹੈ ਰਾਹੀਰ ਉਹਦੀ ਪਤਨੀ ਨੇ ਕਿਹਾ ਦੇਖਦੇ ਨਹੀਂ ਹੂੰ ਇੱਥੇ ਜਗ੍ਹਾ ਕਿੱਥੇ ਹੈ ਦੋ ਤੋਂ ਜ਼ਿਆਦਾ ਲਈ ਉਸ ਫਕੀਰ ਨੇ ਕਿਹਾ ਇਹ ਕੋਈ ਅਮੀਰ ਦਾ ਮਹਿਲ ਨਹੀਂ ਹੈ ਕਿ ਜਗ੍ਹਾ ਘਟ ਰਹਿ ਜਾਏ ਇਹ ਗਰੀਬ ਦੀ ਚੌਂਪੜੀ ਹੈ ਅਮੀਰ ਦੇ ਮਹਿਲ ਛੋਟੇ ਹਨ ਗਰੀਬ ਦੀ ਚੌਂਪੜੀ ਤਾਂ ਵੱਡੀ ਹੁੰਦੀ ਹੈ ਅਮੀਰ ਦਾ ਮਹਿਲ ਨਹੀਂ ਹੈ ਕਿ ਕੋਈ ਕਿ ਜਗ੍ਹਾ ਘਟ ਰਹਿ ਜਾਈ ਇਹ ਗਰੀਬ ਦੀ ਚੌਂਪੜੀ ਹੈ ਹੁਣੇ ਅਸੀਂ ਦੋ ਪਏ ਸੀ ਅਸੀਂ ਤਿੰਨ ਬੈਠਾਂਗੇ ਜਗ੍ਹਾ ਕਾਫੀ ਹੋ ਜਾਏਗੀ ਦਰਵਾਜ਼ਾ ਖੋਲ ਦਰਵਾਜ਼ੇ ਤੇ ਆਇਆ ਹੋਇਆ ਆਦਮੀ ਵਾਪਸ ਮੁੜ ਜਾਏ ਦਰਵਾਜ਼ਾ ਖੋਲ ਦਿੱਤਾ ਉਹ ਆਦਮੀ ਆ ਕੇ ਬੈਠ ਗਿਆ ਉਹ ਦੋਵੇਂ ਉੱਠ ਕੇ ਬੈਠ ਗਏ ਤਿੰਨੇ ਬੈਠ ਕੇ ਗੱਪਸ਼ਪ ਮਾਰਨ ਲੱਗੇ ਦਰਵਾਜ਼ਾ ਬੰਦ ਹੈ ਫਿਰ ਦੋ ਆਦਮੀ ਆਏ ਦਰਵਾਜ਼ਾ ਖੜਕਾਇਆ ਤਾਂ ਮਹਿਮਾਨ ਬਾਰ ਬੈਠਾ ਸੀ ਕਿਨਾਰੇ ਤੇ ਉਹਨੂੰ ਹੱਸਣ ਨੇ ਕਿਹਾ ਫਿਰ ਦਰਵਾਜ਼ਾ ਖੋਲ ਜਲਦੀ ਉਸ ਆਦਮੀ ਨੇ ਕਿਹਾ ਤੁਸੀਂ ਕੀ ਕਹਿ ਰਹੇ ਹੋ ਜਗ੍ਹਾ ਬਹੁਤ ਘੱਟ ਹੈ ਫਕੀਰ ਨੇ ਕਿਹਾ ਜਗ੍ਹਾ ਘੱਟ ਹੁੰਦੀ ਤਾਂ ਤੂੰ ਅੰਦਰ ਕਿਵੇਂ ਆਉਂਦਾ ਜਗ੍ਹਾ ਇੱਥੇ ਬਹੁਤ ਜ਼ਿਆਦਾ ਹੈ ਉਹਨੇ ਕਿਹਾ ਜਗ੍ਹਾ ਘੱਟ ਹੈ ਦੇਖਦੇ ਨਹੀਂ ਹੋ ਮੁਸ਼ਕਲ ਨਾਲ ਅਸੀਂ ਤਿੰਨ ਬੈਠੇ ਹੋਏ ਹਾਂ ਹੱਸਣ ਨੇ ਕਿਹਾ ਹੁਣ ਅਸੀਂ ਬੈਠੇ ਹਾਂ ਫਿਰ ਅਸੀਂ ਖੜੇ ਹੋ ਜਾਵਾਂਗੇ ਲੇਕਿਨ ਇਹ ਗਰੀਬ ਦੀ ਝੌਂਪੜੀ ਹੈ ਇਸ ਜਗ੍ਹਾ ਕਦੀ ਘੱਟ ਨਹੀਂ ਹੁੰਦੀ ਦਰਵਾਜ਼ਾ ਖੋਲਣਾ ਪਿਆ ਉਹ ਦੋ ਆਦਮੀ ਅੰਦਰ ਆ ਗਏ ਉਹ ਪੰਜ ਖੜੇ ਹੋ ਕੇ ਗੱਲਾਂ ਬਾਤਾਂ ਕਰਨ ਲੱਗ ਪਏ ਉਦੋਂ ਹੀ ਬਾਰਿਸ਼ 'ਚ ਭਿੱਜੇ ਹੋਏ ਇੱਕ ਗਦੇ ਨੇ ਆ ਕੇ ਦਰਵਾਜ਼ਾ ਖੜਕਾਇਆ ਸਿਰ ਮਾਰਿਆ ਅਸਰ ਨੇ ਦਰਵਾਜ਼ੇ ਤੇ ਖੜੇ ਆਦਮੀ ਨੂੰ ਕਿਹਾ ਮਿੱਤਰ ਦਰਵਾਜ਼ਾ ਖੋਲ ਕੋਈ ਮਹਿਮਾਨ ਆਇਆ ਹੈ ਉਹਨੇ ਕਿਹਾ ਕੋਈ ਮਹਿਮਾਨ ਨਹੀਂ ਹੈ ਇਹ ਗਦਾ ਹੈ ਉਹਨੇ ਕਿਹਾ ਤੈਨੂੰ ਪਤਾ ਨਹੀਂ ਇਹ ਗਰੀਬ ਆਦਮੀ ਦੀ ਚੌਂਪੜੀ ਹੈ ਇੱਥੇ ਗਦੇ ਨਾਲ ਵੀ ਆਦਮੀ ਦੀ ਤਰ੍ਹਾਂ ਵਰਤਾਓ ਹੁੰਦਾ ਹੈ ਅਮੀਰ ਦੇ ਮਹਿਲ ਚਾਦਵੀ ਨਾਲ ਵੀ ਗਧੇ ਵਰਗਾ ਵਰਤਾਓ ਹੁੰਦਾ ਹੈ ਇਹ ਤਾਂ ਗਰੀਬ ਦੀ ਝੌਂਪੜੀ ਹੈ ਇੱਥੇ ਗਧੇ ਨਾਲ ਵੀ ਆਦਮੀ ਵਰਗਾ ਵਰਤਾਓ ਹੁੰਦਾ ਹੈ ਅਮੀਰ ਦੇ ਮਕਾਨ ਦੀ ਗੱਲ ਅਲੱਗ ਹੈ ਉੱਥੇ ਤਾਂ ਆਦਮੀ ਨਾਲ ਵੀ ਗਧੇ ਵਰਗਾ ਵਰਤਾਓ ਹੁੰਦਾ ਹੈ ਦਰਵਾਜ਼ਾ ਖੋਲ ਹੁਣ ਅਸੀਂ ਦੂਰ ਦੂਰ ਖੜੇ ਹਾਂ ਫਿਰ ਨੇੜੇ ਨੇੜੇ ਹੋ ਜਾਵਾਂਗੇ ਲੇਕਿਨ ਇਹ ਗਰੀਬ ਦੀ ਝੌਂਪੜੀ ਛੋਟੀ ਨਹੀਂ ਰਹਿ ਸਕਦੀ ਜੇਕਰ ਜਿਆਦਾ ਜ਼ਰੂਰਤ ਪਈ ਤਾਂ ਮੈਂ ਅਲੱਗ ਹੋ ਜਾਵਾਂਗਾ ਪਤਨੀ ਮੇਰੀ ਬਾਹਰ ਹੋ ਜਾਏਗੀ ਲੇਕਿਨ ਜਦੋਂ ਤੱਕ ਸਾਡੇ ਕੋਲ ਹੋ ਸਕੇਗਾ ਅਸੀਂ ਇਹਨੂੰ ਵੱਡਾ ਕਰਦੇ ਰਹਾਂਗੇ ਤੁਸੀਂ ਲੱਖ ਉੱਪਰ ਵਿਚਾਰ ਕਰਦੇ ਹੋ ਤਾਂ ਪਰੇਸ਼ਾਨੀ ਹੋ ਜਾਂਦੀ ਹੈ ਲੱਖ ਵਾਲੇ ਆਦਮੀ ਦੇ ਕੋਲ ਦਿਲ ਹੁੰਦਾ ਹੀ ਨਹੀਂ ਉਹਦੇ ਕੋਲ ਦਿਲ ਬਹੁਤ ਛੋਟਾ ਹੁੰਦਾ ਹੈ ਇਸ ਲਈ ਉਹਦੀ ਬਹੁਤੀ ਚਿੰਤਾ ਨਾ ਕਰੋ ਉਹਦੀ ਬਹੁਤੀ ਚਿੰਤਾ ਨਾ ਕਰੋ ਲੱਖ ਵਾਲੇ ਦੇ ਕੋਲ ਵੱਡਾ ਦਿਲ ਹੋਏਗਾ ਤਾਂ ਉੱਥੋਂ ਲੱਖ ਆ ਜਾਣਗੇ ਇਸ 1 ਰੁਪਏ ਵਾਲੇ ਦਾ ਦਿਲ ਅਜੇ ਵੀ ਵੱਡਾ ਹੈ ਇਸ 'ਚ ਕੋਈ ਬਹੁਤੀ ਮੁਸ਼ਕਿਲ ਨਹੀਂ ਹੈ ਹੋ ਸਕੇਗਾ ਹਿੰਮਤ ਨਾਲ ਉਸ ਕੰਮ 'ਚ ਤੁਸੀਂ ਲੱਗਦੇ ਹੋ ਤਾਂ ਉਹਦੇ ਹੋ ਜਾਣ 'ਚ ਕੋਈ ਮੁਸ਼ਕਿਲ ਨਹੀਂ ਹੈ ਹੋਰ ਤਾਂ ਮੈਂ ਅਜੇ ਕੁਝ ਕਹਿਣਾ ਨਹੀਂ ਹੈ ਰਾਤ ਨੂੰ ਤੁਹਾਡੀ ਗੱਲ ਸੁਣਾਗਾ ਫਿਰ ਕੁਝ ਕਹਿਣਾ ਹੋਇਆ ਤਾਂ ਤੁਹਾਨੂੰ ਕਹਾਂਗਾ ਧੰਨਵਾਦ